ਬੰਦਾ ਗਰੀਬੀ ਚੋਂ ਉੱਠ ਕੇ ਕਰੋੜਾਂਪਤੀ ਬਣਦਾ ਤੇ ਜਦੋਂ ਕਰੋੜਪਤੀ ਬਣ ਜਾਂਦਾ ਉਸ ਤੋਂ ਬਾਅਦ ਇੱਕ ਕਰੈਕਟਰਲੈਸ ਔਰਤ ਦੇ ਪਿਆਰ 'ਚ ਪੈ ਜਾਂਦਾ, ਉਹਦੇ ਇਸ਼ਕ 'ਚ ਇੰਨਾ ਕੁ ਅੰਨਾ ਹੋ ਜਾਂਦਾ ਕਿ ਆਪਣਾ ਸਾਰਾ ਕੁਝ ਉਜਾੜ ਦਿੰਦਾ, ਤੇ ਆਖਰ ਨੂੰ ਗਿਫਟ 'ਚ ਕੀ ਮਿਲਦਾ? ਮੌਤ। ਹਾਂਜੀ, ਕੀ ਹਾਲ ਚਾਲ ਨੇ ਭਰਾਵੋ, ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੇ ਬਾਈ ਦੀ ਮੈਂ ਤੁਹਾਨੂੰ ਅੱਜ ਕਹਾਣੀ ਸੁਣਾਉਣ ਲੱਗਿਆ ਉਹ ਇਸ ਟਾਈਮ ਦੁਨੀਆ ਦੇ ਵਿੱਚ ਨਹੀਂ ਹੈਗਾ, ਪਰ ਉਹਨਾਂ ਦੇ ਫਾਦਰ ਸਾਹਿਬ ਨੇ ਸਾਡੇ ਨਾਲ ਇਹ ਸਾਰੀ ਕਹਾਣੀ ਸਾਂਝੀ ਕੀਤੀ ਆ। ਅਜੋ ਕਰਦੇ ਹਾਂ ਸ਼ੁਰੂਆਤ, ਸ਼ੁਰੂਆਤ ਕਰਦੇ ਹਾਂ ਬਾਈ ਦੇ ਬਚਪਨ। ਇਹ ਬਾਈ ਹੋਰੀ ਪਰਿਵਾਰ ਦੇ ਵਿੱਚ ਚਾਰ ਮੈਂਬਰ ਸੀਗੇ, ਮਾਤਾ ਪਿਤਾ, ਇੱਕ ਬਾਈ ਦਾ ਛੋਟਾ ਭਰਾ ਤੇ ਚੌਥਾ ਇਹ ਬਾਈ ਆਪ ਸੀਗਾ। ਬਾਈ ਦੇ ਫਾਦਰ ਸਾਹਿਬ ਕਹਿੰਦੇ ਵੀ ਜਦੋਂ ਇਹ ਛੋਟੇ ਛੋਟੇ ਹੁੰਦੇ ਸੀਗੇ ਤਾਂ ਇਹਨਾਂ ਦੀ ਮਾਂ ਬਹੁਤ ਜਲਦੀ ਬਿਮਾਰ ਹੋ ਜਾਂਦੀ ਆ, ਬਹੁਤ ਉਹਦਾ ਇਲਾਜ ਕਰਾਇਆ ਜਾਂਦਾ, ਆਖਰ ਨੂੰ ਮੌਤ ਹੋ ਜਾਂਦੀ ਆ। ਮੌਤ ਤੋਂ ਬਾਅਦ ਕਹਿੰਦਾ ਵੀ ਜਿਹੜਾ ਮੇਰਾ ਛੋਟਾ ਮੁੰਡਾ ਸੀਗਾ ਉਹਨੂੰ ਮੇਰੇ ਸਹੁਰੇ ਲੈ ਜਾਂਦੇ ਆ ਤੇ ਅਸੀਂ ਘਰ 'ਚ ਰਹਿ ਜਾਂਦੇ ਹਾਂ ਦੋ ਪਿਓ ਪੁੱਤ। ਕਹਿੰਦਾ ਜਿਹੜਾ ਮੇਰਾ ਇਹ ਪੁੱਤ ਸੀਗਾ, ਕਹਿੰਦਾ ਇਹ ਇੰਨਾ ਕੁ ਸਿਆਣਾ, ਇੰਨਾ ਕੁ ਸਮਝਦਾਰ ਕਿ ਜਿਹਦਾ ਕੋਈ ਹਿਸਾਬ ਹੀ ਨਹੀਂ ਸੀਗਾ। ਕਹਿੰਦਾ ਮੇਰੇ ਪੁੱਤ ਨੇ ਸਵੇਰੇ ਉੱਠਿਆ ਕਰਨਾ, ਮੈਨੂੰ ਚਾਹ ਬਣਾ ਕੇ ਮੰਜੇ 'ਤੇ ਦਿਆ ਕਰਨੀ, ਮੈਨੂੰ ਰੋਟੀ ਪਕਾ ਕੇ ਮੰਜੇ 'ਤੇ ਦਿਆ ਕਰਨੀ, ਜਿਵੇਂ ਵਿਚਾਰੇ ਤੋਂ ਵਿੰਗੀਆਂ ਟੇਢੀਆਂ ਲਿਆ ਕਰਨੀਆਂ, ਲਾ ਕੇ ਤਾਜ਼ੀਆਂ ਤਾਜ਼ੀਆਂ ਰੋਟੀਆਂ ਪਕਾ ਕੇ ਮੈਨੂੰ ਖਵਾਇਆ ਕਰਨੀਆਂ, ਮੇਰੇ ਲੀੜੇ ਕੱਪੜੇ ਵੀ ਧੋਇਆ ਕਰਨਾ। ਕਹਿੰਦਾ ਚਲੋ ਮੇਰਾ ਛੋਟਾ ਭਰਾ ਚੰਗਾ ਸੀ ਵਿਚਾਰਾ, ਮੇਰੀ ਭਰਜਾਈ ਵੀ ਚੰਗੀ ਸੀ, ਉਹ ਕਈ ਵਾਰੀ ਰੋਟੀ ਬਣਾ ਕੇ ਸਾਡੇ ਘਰੇ ਵੀ ਦੇਣ ਆਉਂਦੇ ਸੀਗੇ, ਤੇ ਕਹਿੰਦਾ ਪਿੱਛੇ ਹੀ ਮੇਰਾ ਪਿਓ ਡਾਂਗ ਚੱਕੀ ਸਾਡੇ ਘਰੇ ਆ ਜਾ ਕਰੇ ਤੇ ਉਹ ਰੋਟੀ ਚੱਕ ਕੇ ਵਾਪਸ ਲੈ ਜਾ ਕਰੇ। ਕਹਿੰਦਾ ਜਿਹੜਾ ਮੇਰਾ ਪਿਓ ਸੀਗਾ ਉਹ ਮੈਨੂੰ ਇਹ ਗੱਲ ਕਹਿੰਦਾ ਸੀਗਾ ਵੀ ਤੂੰ ਦੂਜਾ ਵਿਆਹ ਕਰਾ ਲਾ। ਕਹਿੰਦਾ ਮੈਂ ਆਪਦੇ ਪਿਓ ਨੂੰ ਕਿਹਾ ਵੀ ਭਾਈ ਮੈਂ ਦੂਜਾ ਵਿਆਹ ਨਹੀਂ ਕਰਾਉਣਾ, ਵੀ ਠੀਕ ਆ ਮੇਰੇ ਦੋ ਪੁੱਤ ਹੈਗੇ ਆ, ਇਹਨਾਂ ਨੇ ਵੀ ਗੱਭਰੂ ਜਵਾਨ ਹੋ ਜਾਣਾ, ਕੱਲ੍ਹ ਨੂੰ ਮੈਂ ਇਹਨਾਂ ਨੂੰ ਵਿਆਹੂੰਗਾ, ਮੇਰੀਆਂ ਨੂੰਹ ਰਾਣੀਆਂ ਆ ਜਾਣੀਆਂ, ਮੇਰਾ ਘਰ ਆਪੇ ਵਧੀਆ ਵੱਸ ਜੂਗਾ, ਵੀ ਜੇ ਅੱਜ ਮੈਂ ਕਿਸੇ ਹੋਰ ਨਾਲ ਵਿਆਹ ਕਰਾ ਲਿਆ ਹਨਾ ਤਾਂ ਹੋਰ ਸ਼ਰੀਕ ਪੈਦਾ ਹੋ ਜਾਣਗੇ, ਜ਼ਮੀਨ ਪਹਿਲਾਂ ਉੱਨੀ ਕੁ ਗੁਜ਼ਾਰੇ ਜੋਗੀ, ਵੀ ਐਵੇਂ ਵੱਟਾਂ ਹੀ ਪਾਉਣੀਆਂ ਬਸ। ਚਲੋ ਜੀ, ਕਹਿੰਦਾ ਇਸ ਗੱਲ ਨੂੰ ਲੈ ਕੇ ਮੇਰੀ ਤੇ ਮੇਰੇ ਪਿਓ ਦੀ ਆਪਸ 'ਚ ਨਹੀਂ ਬਣਦੀ ਤਾਂ ਮੇਰਾ ਪਿਓ ਮੇਰੇ ਚਾਚੇ ਤਾਇਆ ਨੂੰ ਬਿਲਕੁਲ ਰੋਕ ਦਿੰਦਾ ਵੀ ਇਹਦੇ ਘਰੇ ਰੋਟੀ ਦੇਣੀ ਕਿਸੇ ਨੇ ਜਾਣਾ। ਕਹਿੰਦਾ ਜਿਹੜਾ ਮੇਰਾ ਪੁੱਤ ਸੀਗਾ ਤੜਕੇ ਉੱਠਿਆ ਕਰੇ, ਇਸ਼ਨਾਨ ਕਰਿਆ ਕਰੇ, ਸਾਈਕਲ ਤੇ ਗੁਰੂ ਘਰ ਜਾਇਆ ਕਰੇ। ਕਹਿੰਦਾ ਸਾਡੇ ਘਰ ਤੋਂ ਲਗਭਗ 5 ਕਿਲੋਮੀਟਰ ਦੂਰ ਸੀ ਗੁਰੂ ਘਰ, 5 ਕਿਲੋਮੀਟਰ ਜਾਇਆ ਕਰਨਾ ਤੇ 5 ਕਿਲੋਮੀਟਰ ਆਇਆ ਕਰਨਾ, ਟੋਟਲ 10 ਕਿਲੋਮੀਟਰ ਦਾ ਕਹਿੰਦਾ ਰੋਜ਼ ਸਫ਼ਰ ਕਰਦਾ ਸੀ ਸਾਈਕਲ ਤੇ। ਕਹਿੰਦਾ ਆ ਕੇ ਰੋਟੀ ਪਾਣੀ ਬਣਾ ਕੇ ਮੈਨੂੰ ਖਵਾ ਕੇ ਆਪ ਖਾ ਕੇ ਵਿਚਾਰੇ ਸਕੂਲ ਜਾਇਆ ਕਰਨਾ, ਆ ਕੇ ਲੀੜੇ ਕੱਪੜੇ ਧੋਇਆ ਕਰਨੇ। ਕਹਿੰਦਾ ਯਾਰ ਮੈਂ ਆਪਦੇ ਪੁੱਤ ਨੂੰ ਦੇਖ ਦੇਖ ਕੇ ਖੁਸ਼ ਹੁੰਦਾ ਸੀਗਾ ਕਿ ਪੁੱਤ ਐਡੇ ਸਿਆਣੇ ਵੀ ਹੁੰਦੇ ਆ। ਕਹਿੰਦਾ ਚਲੋ ਜੀ, ਜਦੋਂ ਇਹ ਗੁਰੂ ਘਰ ਜਾਂਦਾ ਸੀ ਤਾਂ ਸਾਡੇ ਨਾਲ ਦੇ ਪਿੰਡ 'ਚੋਂ ਇੱਕ ਹੋਰ ਪਰਿਵਾਰ ਸੀ ਜਿਨ੍ਹਾਂ ਦੀ ਆੜਤਾਂ ਉੜਤਾਂ ਦਾ ਕੰਮ ਸੀਗਾ, ਵਧੀਆ ਅਮੀਰ ਪਰਿਵਾਰ ਸੀਗਾ, ਉਹ ਵੀ ਜੀਪ ਤੇ ਗੁਰੂ ਘਰ ਜਾਂਦੇ ਹੁੰਦੇ ਸੀ। ਚਲੋ ਜੀ, ਉਹਨਾਂ ਨੇ 2-4 ਦਿਨ ਬਾਈ ਨੂੰ ਉੱਥੇ ਦੇਖਿਆ ਵੀ ਸਾਈਕਲ ਤੇ ਮੁੰਡਾ ਆਉਂਦਾ, ਸਾਈਕਲ ਤੇ ਜਾਂਦਾ, ਵੀ ਕਿੱਡੀ ਸ਼ਰਧਾ ਨਾਲ ਸੇਵਾ ਕਰਦਾ, ਕਿੱਡਾ ਸਿਆਣਾ ਹਨਾ, ਵੀ ਵਿਚਾਰਾ ਗਰਮੀ 'ਚ ਮੁੜਕੋ ਮੁੜਕ ਹੋ ਕੇ ਆਉਂਦਾ। ਤਾਂ ਉਹਨਾਂ ਨੇ ਪੁੱਛਿਆ ਵੀ ਕਾਕਾ ਤੂੰ ਕਿਹੜੇ ਪਿੰਡ ਦਾ? ਤੇ ਇਸ ਬਾਈ ਨੇ ਸਾਰਾ ਕੁਝ ਦੱਸਿਆ ਵੀ ਮੈਂ ਫਲਾਣੇ ਪਿੰਡ ਦਾ, ਆਪਦੇ ਘਰ ਦੇ ਹਾਲਾਤ ਵੀ ਦੱਸੇ ਵੀ ਮੇਰੀ ਮਾਂ ਮਰੀ ਹੋਈ ਆ, ਘਰ 'ਚ ਅਸੀਂ ਪਿਓ ਪੁੱਤ ਇਕੱਲੇ। ਤਾਂ ਉਹ ਕਹਿੰਦੇ ਕਾਕਾ ਕੋਈ ਗੱਲ ਨਹੀਂ, ਤੂੰ ਐਂ ਕਰਿਆ ਕਰ ਵੀ ਅਸੀਂ ਜੀਪ ਤੇ ਆਉਣਾ ਹੀ ਹੁੰਦਾ, ਵੀ ਤੂੰ ਸਾਡੇ ਨਾਲ ਆ ਜਾ ਕਰ। ਬਾਈ ਕਹਿੰਦਾ ਚਲੋ ਜੀ ਠੀਕ ਆ। ਕਹਿੰਦਾ ਚਲੋ ਜੀ, ਮੇਰੇ ਪੁੱਤ ਨੇ ਕਹਿੰਦਾ ਨਹਾ ਧੋ ਕੇ ਮੋੜ ਤੇ ਖੜ ਜਾ ਕਰਨਾ ਤੇ ਉਹਨਾਂ ਨੇ ਤੁਰ ਜੀਪ ਲੈ ਕੇ ਸਾਰੇ ਪਰਿਵਾਰ ਨੇ ਆਇਆ ਕਰਨਾ, ਨਾਲ ਨੂੰ ਬਿਠਾ ਕੇ ਲੈ ਜਾ ਕਰਨਾ। ਚਲੋ ਜੀ, ਗੁਰੂ ਘਰੋਂ ਸੇਵਾ ਕਰਕੇ ਇਹਨਾਂ ਨੇ ਇਕੱਠੇ ਹੀ ਵਾਪਸ ਆ ਜਾ ਕਰਨਾ। 2-4 ਮਹੀਨੇ 'ਚ ਬਾਈ ਦਾ ਉਸ ਪਰਿਵਾਰ ਨਾਲ ਇੰਨਾ ਕੁ ਪਿਆਰ ਪੈ ਗਿਆ ਤੇ ਉਹ ਕਹਿੰਦੇ ਵੀ ਗੱਲ ਸੁਣ ਵੀ ਤੂੰ ਐਵੇਂ ਘਰੇ ਇਕੱਲਾ ਬੈਠਾ ਰਹਿਣਾ ਹਨਾ, ਵੀ ਤੂੰ ਸਾਡੀ ਆੜਤ ਤੇ ਆ ਜਾ ਕਰ, ਵੀ ਤੂੰ ਸਾਡੀ ਆੜਤ ਤੇ ਬੈਠਾ ਰਿਹਾ ਕਰ ਹਨਾ, ਨਾਲੇ ਤੂੰ ਮਨੀਮੀ ਦਾ ਕੰਮ ਸਿੱਖ ਲਾ। ਚਲੋ ਜੀ, ਬਾਈ ਕਹਿੰਦਾ ਠੀਕ ਆ। ਬਾਈ ਉਹਨਾਂ ਦੀ ਆੜਤ 'ਚ ਜਾ ਕੇ ਬਹਿਣ ਲੱਗ ਗਿਆ, ਉੱਥੇ ਉਹਨਾਂ ਨੇ ਮਨੀਮੀ ਦਾ ਕੰਮ ਸਿੱਖਣ ਤੇ ਲਾਤਾ। ਚਲੋ ਜੀ, 2-4 ਮਹੀਨਿਆਂ ਦੇ ਵਿੱਚ ਬਾਈ ਵਧੀਆ ਮਨੀਮੀ ਦਾ ਕੰਮ ਸਿੱਖ ਗਿਆ, ਫਿਰ ਸ਼ਹਿਰ ਦੇ ਵਿੱਚ ਇਹ 2-4 ਆੜਤਾਂ ਤੇ ਮਨੀਮੀ ਕਰਨ ਲੱਗ ਗਿਆ। ਚਲੋ ਜੀ, ਵਧੀਆ ਤਨਖਾਹ ਬਣਨ ਲੱਗ ਗਈ, ਕੁਛ ਇੱਧਰ ਉੱਧਰੋਂ ਬਣ ਜਾਇਆ ਕਰਨ, ਵੀ ਘਰ ਦਾ ਗੁਜ਼ਾਰਾ ਮੰਨ ਲਓ ਬਹੁਤ ਵਧੀਆ ਚੱਲਣ ਲੱਗ ਗਿਆ। ਜਦੋਂ ਆੜਤਾਂ ਤੇ ਲੱਗ ਗਿਆ ਮਨੀਮੀ ਕਰਨ, ਹੌਲੀ ਹੌਲੀ ਨੂੰ ਸਾਰਾ ਭੇਤ ਪੈ ਗਿਆ ਬਾਈ ਨੂੰ ਵੀ ਆੜਤਾਂ ਕਿਵੇਂ ਚੱਲਦੀਆਂ ਨੇ, ਕਿਵੇਂ ਬੈਂਕਾਂ 'ਚੋਂ ਲਿਮਟਾਂ ਲਈਆਂ ਜਾਂਦੀਆਂ ਨੇ, ਕੀ ਹਿਸਾਬ ਕਿਤਾਬ ਹੁੰਦਾ, ਕਿਉਂਕਿ ਇਹ ਮਨੀਮ ਲੱਗਾ ਸੀ, ਆੜਤਾਂ ਸਾਰਾ ਹਿਸਾਬ ਕਿਤਾਬ ਇਹਦੇ ਹੱਥ 'ਚ ਸੀਗਾ, ਸਾਰਿਆਂ ਨੂੰ ਪਤਾ ਲੱਗ ਗਿਆ ਵੀ ਲਿਮਟ ਕਿਵੇਂ ਵੱਜਦੀ ਆ, ਕਿਵੇਂ ਕੀ ਸੈਟਿੰਗ ਹੁੰਦੀ ਆ। ਤਾਂ ਇਸ ਬਾਈ ਨੇ ਕੀ ਕੀਤਾ, ਇਹਨੇ ਆਪਣੀ ਇੱਕ ਆੜਤ ਖੋਲ੍ਹ ਲਈ 5-6 ਸਾਲ ਮਨੀਮੀ ਕਰਨ ਤੋਂ ਬਾਅਦ।
ਤੇ ਜਦੋਂ ਆੜਤ ਖੋਲੀ ਤਾਂ ਪਤੰਦਰ ਨੇ ਇੱਕ ਬਾਹਲੀ ਵੱਡੀ ਸਕੀਮ ਲਾਤੀ ਕਿ ਜਿਹੜੇ ਜ਼ਿਮੀਂਦਾਰ ਸੀ ਉਹਨਾਂ ਤੋਂ ਅੱਧੀ ਆੜਤ ਲਿਆ ਕਰੇ, ਅੱਧੀ ਜ਼ਿਮੀਂਦਾਰਾਂ ਨੂੰ ਛੱਡ ਦਿਆ ਕਰੇ, ਕਿਉਂਕਿ ਤੁਹਾਨੂੰ ਪਤਾ ਕਿ ਹੁਣ ਜਿਹੜੇ ਆਪਣੇ ਆੜਤੀਏ ਆ ਉਹ ਸਾਰੀ ਫੁੱਲ ਆੜਤ ਕੱਟਦੇ। ਪਰ ਇਹਨੇ ਆਪਦਾ ਨਵਾਂ ਕੰਮ ਸ਼ੁਰੂ ਕੀਤਾ ਸੀਗਾ, ਇਹਨੇ ਕੀ ਕੀਤਾ, ਇਹ ਜ਼ਿਮੀਂਦਾਰਾਂ ਨੂੰ ਅੱਧੀ ਆੜਤ ਦੇ ਦਿਆ ਕਰੇ, ਅੱਧੀ ਆਪ ਰੱਖ ਲਿਆ ਕਰੇ। ਚਲੋ ਜੀ, ਕੰਮ ਇੰਨਾ ਕੁ ਚੱਲ ਗਿਆ ਕਿ ਜ਼ਿਮੀਂਦਾਰ ਇੰਨੇ ਕੁ ਲੱਗ ਗਏ ਵੀ ਅੱਜ ਹੋਰ, ਕੱਲ੍ਹ ਹੋਰ, ਪਰਸੋਂ ਕੋਈ ਹੋਰ, 5-6 ਸਾਲਾਂ ਦੇ ਵਿੱਚ ਵਿੱਚ ਬੰਦਾ ਪੂਰਾ ਤਕੜਾ ਅਮੀਰ ਬਣ ਗਿਆ। ਚੰਗੀਆਂ ਵੱਡੀਆਂ ਗੱਡੀਆਂ ਲੈ ਲਈਆਂ, ਚੰਗੀ ਵਧੀਆ ਜ਼ਮੀਨ ਜਾਇਦਾਦ ਬਣਾ ਲਈ, ਚੰਗੀ ਕੋਠੀ ਪਿੰਡ 'ਚ ਪਾ ਲਈ, ਪਿੰਡ 'ਚ ਵੀ ਫੁੱਲ ਇੱਜ਼ਤ ਹੋਣ ਲੱਗ ਗਈ, ਕਿਉਂਕਿ ਬੰਦਾ ਸਿਆਣਾ ਬਾਹਲਾ ਸੀ, ਸਮਝਦਾਰ ਬਾਹਲਾ ਸੀਗਾ, ਬੰਦੇ ਨੇ ਗਰੀਬੀ 'ਚੋਂ ਉੱਠ ਕੇ, ਹੈ ਨਾ, ਅਤੇ ਅੱਜ ਇੱਡੀ ਮਹਿਲ ਜਿਹੜੀ ਕੋਠੀ ਛੱਤ ਲਈ, ਵੱਡੀਆਂ ਗੱਡੀਆਂ ਲੈ ਲਈਆਂ, ਹੈ ਨਾ, ਚੰਗੀ ਆੜਤ ਦਾ ਕੰਮ ਚਲਾ ਲਿਆ, ਵੀ ਸਾਰੇ ਪਾਸੇ ਪੂਰਾ ਰਸੂਖ ਬਣ ਗਿਆ ਬੰਦੇ ਦਾ। ਬਾਈ ਨੂੰ ਪੱਤਰਕਾਰੀ ਦਾ ਵੀ ਬਹੁਤ ਸ਼ੌਂਕ ਸੀਗਾ, ਅਤੇ ਉਹਦੇ ਨਾਲ ਪੱਤਰਕਾਰੀ ਦਾ ਕੰਮ ਸ਼ੁਰੂ ਕਰ ਲਿਆ, ਉਹ ਵੀ ਕੰਮ ਬੜੇ ਹਾਈ ਲੈਵਲ 'ਤੇ ਚੱਲਣ ਲੱਗ ਗਿਆ, ਚੰਗੇ ਚੈਨਲ ਦੇ ਵਿੱਚ ਪੱਤਰਕਾਰੀ ਕਰਨ ਲੱਗ ਗਿਆ, ਵੱਡੇ ਵੱਡੇ ਲੋਕਾਂ ਨਾਲ ਪਹਿਣੀ ਉੱਠਣੀ ਹੋ ਗਈ, ਅਤੇ ਗਰੀਬ ਕੁੜੀਆਂ ਦੀ ਬੜੀ ਮਦਦ ਕਰਿਆ ਕਰੇ, ਗਰੀਬ ਕੁੜੀਆਂ ਦੇ ਇਲਾਜ ਵੀ ਕਰਾ ਦਿਆ ਕਰੇ, ਵਿਆਹ ਵੀ ਕਰ ਦਿਆ ਕਰੇ, ਕਿਉਂਕਿ ਪੈਸਾ ਖੁੱਲ੍ਹਾ ਜਦੋਂ ਘਰੇ ਆਉਣ ਲੱਗ ਗਿਆ, ਹੈ ਨਾ। ਚਲੋ ਜੀ, ਫਿਰ ਬਾਈ ਦਾ ਵਿਆਹ ਹੋ ਗਿਆ, ਬਾਲ ਬੱਚਾ ਹੋ ਗਿਆ, ਵੀ ਸਾਰੀ ਜ਼ਿੰਦਗੀ ਬਹੁਤ ਵਧੀਆ ਸੀ, ਐਨ ਪੂਰੀ ਚੜ੍ਹਾਈ ਸੀ ਹਾਈ ਲੈਵਲ ਦੀ। ਫਿਰ ਜਦੋਂ ਮਾੜੇ ਦਿਨ ਆਉਣੇ ਹੋਣ, ਹੈ ਨਾ, ਜਿਹੜੇ ਬੰਦੇ ਦੇ ਆਂਢ ਗੁਆਂਢ ਦੇ ਵਿੱਚ ਹੋਰ ਆੜਤੀਏ ਸੀਗੇ, ਜਿਹੜੇ ਤੇ ਲੱਗਦੇ ਸੀਗੇ, ਤੁਹਾਨੂੰ ਪਤਾ ਕਿ ਚੜ੍ਹਾਈ ਦੇ ਕੇ ਕੋਈ ਨਾ ਕੋਈ ਬੰਦਾ ਤਾਂ ਬੰਦੇ ਤੋਂ ਸੜਦਾ ਹੀ ਹੁੰਦਾ, ਤਾਂ ਉਹ ਸਾਰੇ ਆੜਤੀਆਂ ਨੇ ਇਕੱਠੇ ਹੋ ਕੇ ਕੀ ਕੀਤਾ ਵੀ ਇੱਕ ਕਰੈਕਟਰਲੈਸ ਔਰਤ ਨੂੰ ਪੈਸੇ ਦੇ ਕੇ ਇਸ ਬੰਦੇ ਦੇ ਪਿੱਛੇ ਲਾਤਾ ਵੀ ਤੂੰ ਇਸ ਬੰਦੇ ਨੂੰ ਇਸ਼ਕ ਦੇ ਜਾਲ 'ਚ ਫਸਾ ਕੇ ਇਹਨੂੰ ਜਮ੍ਹਾਂ ਕੰਗਾਲ ਕਰ ਦੇ। ਚਲੋ ਜੀ, ਉਹ ਔਰਤ ਨੇ ਇਹਨੂੰ ਫੋਨ ਫਾਨ ਕਰਨੇ ਸ਼ੁਰੂ ਕਰਤੇ, ਇਹਦੇ ਕੋਲ ਬਹਿਣਾ ਉੱਠਣਾ ਸ਼ੁਰੂ ਕਰਤਾ, ਮਹਿਲਾ ਮਿਲਾਉਣਾ ਸ਼ੁਰੂ ਕਰਤਾ। ਹੌਲੀ ਹੌਲੀ ਇਹ ਬੰਦਾ ਉਹਦੇ ਇਸ਼ਕ 'ਚ ਇੰਨਾ ਕੁ ਅੰਨਾ ਹੋ ਗਿਆ ਵੀ ਜਿਹੜੇ ਆਪਦੀਆਂ ਆੜਤ ਦੀਆਂ ਵਹੀਆਂ ਵਹੀਆਂ ਹਿਸਾਬ ਕਿਤਾਬ ਹੁੰਦੇ ਸੀ ਉਹ ਵੀ ਸਾਰੇ ਉਸ ਔਰਤ ਦੇ ਹੱਥ 'ਚ ਦੇ ਦਿੱਤੇ ਇਸ ਬੰਦੇ ਨੇ। ਸ਼ਹਿਰ 'ਚ ਨੇ ਇੱਕ ਹੋਰ ਕੋਠੀ ਲੈ ਲਈ, ਕਿਉਂਕਿ ਰੁਪਈਆ ਖੁੱਲ੍ਹਾ ਸੀ, ਉੱਥੇ ਉਸ ਔਰਤ ਨੂੰ ਰੱਖ ਲਿਆ, ਜਿਹੜੇ ਲੋਕਾਂ ਦੇ ਚੈੱਕ ਚੁੱਕ ਆਇਆ ਕਰਨੇ ਉੱਥੇ ਨੇ ਗੱਲੇ 'ਚ ਰੱਖੀ ਜਾਇਆ ਕਰਨੇ, ਉੱਥੇ ਵਹੀਆਂ ਵਹੀਆਂ ਰੱਖਤੀਆਂ ਸਾਰੀਆਂ। ਚਲੋ ਜੀ, ਹੌਲੀ ਹੌਲੀ ਇਸ ਮੁੰਡੇ ਦੀ ਘਰਵਾਲੀ ਨੂੰ ਪਤਾ ਲੱਗਦਾ, ਘਰਵਾਲੀ ਵਿਚਾਰੀ ਰੋਂਦੀ ਪਿੱਟਦੀ ਆ, ਕਰ ਲਾਉਂਦੀ ਆ, ਬਾਈ ਦੇ ਫਾਦਰ ਸਾਹਿਬ ਨੂੰ ਦੱਸਦੀ ਆ, ਬਾਈ ਦਾ ਫਾਦਰ ਸਾਹਿਬ ਇਹਨੂੰ ਸਮਝਾਉਂਦਾ ਪਰ ਉਹ ਨਹੀਂ ਸਮਝਦਾ। ਜਿਹੜਾ ਇਸ ਮੁੰਡੇ ਦਾ ਪਿਓ ਹੁੰਦਾ ਉਹ ਉਸ ਔਰਤ ਦੇ ਅੱਗੇ ਜਾ ਕੇ ਹੱਥ ਵੀ ਜੋੜਦਾ, ਬਾਈ ਸਾਡੀ ਮੁੰਡੇ ਦਾ ਖਹਿੜਾ ਛੱਡ ਦੇ, ਸਾਡਾ ਮੁੰਡਾ ਵਿਆਹਿਆ ਵਰਿਆ, ਸਾਡਾ ਵਧੀਆ ਕੰਮ ਚੱਲਦਾ, ਵੀ ਸਾਡਾ ਘਰ ਨਾ ਜਾੜ। ਉਹ ਔਰਤ ਕਹਿੰਦੀ ਮੈਂ ਕਿਹੜਾ ਤੁਹਾਡੇ ਘਰੇ ਜਾਂਦੀ ਹਾਂ, ਤੁਹਾਡਾ ਮੁੰਡੇ ਮੇਰੇ ਕੋਲ ਆਉਂਦਾ, ਡੱਕਿਆ ਜਾਂਦਾ ਡੱਕ ਲਓ। ਤੁਹਾਨੂੰ ਪਤਾ ਵੀ ਜਦੋਂ ਇਸ਼ਕ ਦੀ ਅੱਗ ਮੱਚੀ ਹੋਵੇ ਫਿਰ ਕਿੱਥੇ ਡੱਕਿਆ ਜਾਂਦਾ ਬੰਦਾ, ਹੈ ਨਾ। ਫਿਰ ਮੁੰਡੇ ਨੇ ਝੂਠ ਮਾਰ ਕੇ ਘਰੋਂ ਚੰਡੀਗੜ੍ਹ ਚਲੇ ਜਾ ਕਰਨ, ਮੈਂ ਪੱਤਰਕਾਰੀ ਦੇ ਮਾਮਲੇ 'ਚ ਚੰਡੀਗੜ੍ਹ ਚੱਲੇ ਹਾਂ, 4-5 ਦਿਨ ਚੰਡੀਗੜ੍ਹ ਘੁੰਮਾਉਂਦੇ ਫਿਰਿਆ ਕਰਨਾ। ਕੁੱਲ ਮਿਲਾ ਕੇ 3-4 ਕਰੋੜ ਰੁਪਈਆ ਉਸ ਔਰਤ ਨੂੰ ਖਵਾਤਾ। ਫਿਰ ਉਸ ਔਰਤ ਨਾਲ ਰਹਿ ਕੇ ਸ਼ਰਾਬ ਪੀਣ ਲੱਗ ਗਿਆ। ਪਹਿਲਾਂ ਇਹ ਬੰਦਾ ਚਾਹ ਨੂੰ ਵੀ ਮੂੰਹ ਨਹੀਂ ਸੀ ਲਾਉਂਦਾ, ਸ਼ਰਾਬ ਪੀਣ ਲੱਗ ਗਿਆ, ਅਤੇ ਸ਼ਰਾਬ ਵੀ ਇਸ ਹੱਦ ਤੱਕ ਪੀਣ ਲੱਗ ਗਿਆ ਕਿ ਬੰਦੇ ਨੇ ਸਾਰੀਆਂ ਹੱਦਾਂ ਹੀ ਤੋੜਤੀਆਂ। ਉਸ ਤੋਂ ਬਾਅਦ ਲੀਵਰ ਡੈਮੇਜ ਹੋ ਗਿਆ, ਡਾਕਟਰ ਨੂੰ ਦਿਖਾਇਆ, ਡਾਕਟਰ ਨੇ ਤੇਰਾ ਲੀਵਰ 'ਚ ਨੁਕਸ ਪੈ ਗਿਆ, ਹੈ ਨਾ। ਹੌਲੀ ਹੌਲੀ ਉਹ ਲੀਵਰ ਦੇ ਨੁਕਸ ਤੋਂ ਵੱਧਦਾ ਵੱਧਦਾ ਕੰਮ ਕੈਂਸਰ ਤੇ ਆ ਗਿਆ। ਜਦੋਂ ਇਸ ਬਾਈ ਨੂੰ ਪਤਾ ਲੱਗ ਗਿਆ ਵੀ ਮੈਨੂੰ ਕੈਂਸਰ ਆ, ਹੈ ਨਾ, ਬਸ ਉਸ ਤੋਂ ਬਾਅਦ ਜਮ੍ਹਾਂ ਢੇਰੀ ਢਾ ਗਿਆ ਅਤੇ ਮੰਜੇ 'ਤੇ ਪੈ ਗਿਆ। ਫਿਰ ਨਾਲ ਸ਼ਰਾਬ ਵੀ ਪੀਂਦਾ ਰਿਹਾ, ਸ਼ਰਾਬ ਵੀ ਨਹੀਂ ਛੱਡੀ ਕਿਉਂਕਿ ਬੰਦੇ ਨੂੰ ਐਂ ਹੋ ਗਿਆ ਵੀ ਮੈਂ ਤੁਹਾਨੂੰ ਮਰੂੰਗਾ ਹੀ ਮਰੂੰਗਾ, ਹੈ ਨਾ, ਵੀ ਸਾਹਮਣੇ ਮੌਤ ਦਿਸਣ ਲੱਗ ਗਈ, ਅਤੇ ਆਖਰ ਨੂੰ ਕੈਂਸਰ ਨੇ ਫਿਰ ਬਾਈ ਦੀ ਜਾਨ ਲੈ ਲਈ। ਹੁਣ ਬਾਈ ਦੇ ਫਾਦਰ ਸਾਹਿਬ ਇਕੱਲੇ ਰਹਿ ਗਏ, ਪਿੱਛੇ ਦੇ 2 ਬੱਚੇ ਛੱਡ ਗਏ ਅਤੇ ਇੱਕ ਆਪਦੀ ਘਰਵਾਲੀ ਛੱਡ ਗਿਆ। ਬਾਈ ਦੇ ਫਾਦਰ ਸਾਹਿਬ ਕਹਿੰਦੇ ਵੀ ਇਸ ਟਾਈਮ ਘਰ ਦੇ ਹਾਲਾਤ ਬਹੁਤ ਮਾੜੇ ਆ, ਜਿਹੜੇ ਹਾਲਾਤਾਂ 'ਚ ਉੱਠੇ ਆ ਉਸੇ ਹਾਲਾਤਾਂ 'ਚ ਫਿਰ ਵਾਪਸ ਆ ਗਏ। ਵੀ ਮੇਰਾ ਪੁੱਤ ਕਹਿੰਦਾ ਪਹਿਲਾਂ ਇੰਨਾ ਕੁ ਚੰਗਾ ਸੀ, ਇੰਨਾ ਕੁ ਸ਼ਰੀਫ ਸੀਗਾ ਕਿ ਮੈਨੂੰ ਮਾਣ ਹੁੰਦਾ ਸੀਗਾ ਵੀ ਇਹੋ ਜਿਹਾ ਪੁੱਤ ਰੱਬਾ ਹਰੇਕ ਘਰੇ ਦੇਵੀ। ਕਹਿੰਦਾ ਲਾਸਟ 'ਤੇ ਆ ਕੇ ਜੋ ਮੇਰੇ ਪੁੱਤ ਨੇ ਕੀਤਾ ਅਤੇ ਫਿਰ ਮੇਰਾ ਦਿਲ ਇਹ ਕਹਿੰਦਾ ਵੀ ਰੱਬਾ ਇਹੋ ਜਿਹਾ ਪੁੱਤ ਕਿਸੇ ਦੇ ਘਰ ਨਾ ਦੇਵੀ। ਕਹਿਣ ਦਾ ਮਤਲਬ ਕਿ ਚੰਗੇ ਬੰਦੇ ਦੀ ਸੰਗਤ ਬੰਦੇ ਨੂੰ ਕਿੱਥੇ ਦੀ ਕਿੱਥੇ ਲੈ ਜਾਂਦੀ ਹੈ, ਅਤੇ ਮਾੜੇ ਬੰਦੇ ਦੀ ਸੰਗਤ ਬੰਦੇ ਨੂੰ ਅਰਸ਼ਾਂ ਤੋਂ ਫਰਸ਼ 'ਤੇ ਸਿੱਟ ਦਿੰਦੀ ਹੈ, ਜਿਵੇਂ ਕਿ ਇਸ ਬਾਈ ਨਾਲ ਹੋਇਆ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਕਿਉਂਕਿ ਆਪਾਂ ਆਮ ਹੀ ਦੇਖਦੇ ਹਾਂ ਕਿ ਬਹੁਤ ਸਾਰੇ ਬੰਦੇ ਜ਼ਿੰਦਗੀ 'ਚ ਕਾਮਯਾਬ ਹੋ ਜਾਂਦੇ ਆ ਪਰ ਜਨਾਨੀਬਾਜ਼ੀ ਦੇ ਚੱਕਰਾਂ 'ਚ ਪੈ ਕੇ ਉਹ ਆਪਦਾ ਸਾਰਾ ਕੁਝ ਬਰਬਾਦ ਕਰ ਲੈਂਦੇ ਆ, ਆਪਦਾ ਸਾਰਾ ਕੁਝ ਉਜਾੜ ਲੈਂਦੇ ਆ, ਆਪਦਾ ਪਰਿਵਾਰ ਵੀ ਉਜਾੜ ਲੈਂਦੇ ਆ। ਆਹ ਵੀਡੀਓ ਦੇਖ ਕੇ ਹੋ ਸਕਦਾ ਕੋਈ ਬੰਦਾ ਇਸ ਰਾਹ ਤੋਂ ਮੁੜ ਆਵੇ, ਸਿਆਣਾ ਬਣ ਜੇ, ਆਪਦੇ ਪਰਿਵਾਰ ਬਾਰੇ ਸੋਚਣ ਲੱਗ ਜੇ, ਆਪਦੇ ਬਿਜ਼ਨਸ ਬਾਰੇ ਸੋਚਣ ਲੱਗ ਜੇ। ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ।